ਨੂੰ ਕਿੰਨਾ ਕੁ ਲੱਗਦਾ ਕਿ ਸਰਕਾਰ ਦੇ ਵਿੱਚ ਸ਼ਾਇਦ ਇਹ ਵੀ ਉਹ ਵਾਅਦਾ ਹੈਗਾ ਜਿਹਨੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬੀ ਕਿਤੇ ਨਾ ਕਿਤੇ ਕਾਂਗਰਸ ਨੌਜਵਾਨਾਂ ਨੂੰ ਅਤੇ ਮੁਲਾਜ਼ਮਾਂ ਨੂੰ ਵੱਡੀਆਂ ਆਸਾਂ ਸੀ, ਕਿਉਂਕਿ ਜਿਹੜਾ ਇਹਨਾਂ ਨੇ ਦੌਰ ਸ਼ੁਰੂ ਕੀਤਾ ਸੀ 2002 'ਚ ਕੈਪਟਨ ਸਾਹਿਬ ਨੇ ਸ਼ੁਰੂ ਕੀਤਾ ਸੀ, ਕੱਚੇ ਮੁਲਾਜ਼ਮਾਂ ਨੂੰ ਜਿਹੜੀ ਪ੍ਰਥਾ ਸ਼ੁਰੂ ਕੀਤੀ ਸੀ, ਪਰ ਉਹ ਅੱਜ 10 ਸਾਲ ਸੱਤਾ ਦਾ ਭੋਗਣ ਤੋਂ ਬਾਅਦ ਇੱਕ ਨਵੀਂ ਪਨੀਰੀ ਨੂੰ ਵੀ ਕੋਈ ਆਸ ਜਾਗੀ ਸੀ ਇਸ ਟਵੀਟ ਰਾਹੀਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਠੇਕੇਦਾਰੀ ਪ੍ਰਥਾ ਖਤਮ ਹੋਏਗੀ, ਪਰ ਇਹ ਅੱਜ ਇਉਂ ਤਾਂ ਉਵੇਂ ਖੜਾ, ਇਹੀ ਅਕਾਲੀ ਭਾਜਪਾ ਸਰਕਾਰ ਦੇ ਰਾਹ 'ਤੇ ਕੈਪਟਨ ਦੁਆਰਾ ਚੱਲਣ 'ਤੇ ਫਿਰ ਮਜਬੂਰ ਹੋ। ਕਈ ਜੇ ਕਹੀਏ ਕਿ ਜਿੰਨਾ ਟਾਈਮ ਹੋ ਚੁੱਕਿਆ ਤੁਹਾਨੂੰ ਕੇਕ ਫੜੇ ਹੋਏ, ਲੱਗਦਾ ਜੀ ਮਿਠਾਸ ਤਾਂ ਨਹੀਂ ਫਿੱਕੀ ਪਈ ਹੈਗੀ, ਪਰ ਸ਼ਾਇਦ ਵਾਅਦੇ ਦੀ ਪੈ ਗਈ ਹੈ। ਸਰ ਅਸਲ ਵਿੱਚ ਕੀ ਹੈਗਾ ਵੀ ਪੰਜਾਬ ਦੀ ਬੜੀ ਤ੍ਰਾਸਦੀ ਆ, ਇਹ ਜੋ ਕੱਚੇ ਮੁਲਾਜ਼ਮ ਆ ਉਹ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਜੀਵਨ ਵਿੱਚ ਤਾਂ ਮਿਠਾਸ ਰਹੀ ਹੈ ਨਹੀਂ ਹੈਗੀ। ਅਸੀਂ ਫਿਰ ਵੀ ਕਿਸੇ ਤਰੀਕੇ ਨਾਲ 2000-4000 ਰੁਪਏ 1700 ਰੁਪਏ ਸਾਡੀ ਸੈਲਰੀ ਆ, ਪਰ ਫਿਰ ਵੀ ਅਸੀਂ ਕਲੈਕਸ਼ਨ ਕਰਕੇ ਇੱਕ ਮਿੱਠਾ ਕੇਕ ਜੋੜ ਤਿਆਰ ਕੀਤਾ ਸੀਗਾ। ਸਾਡੇ ਜੀਵਨ ਵਿੱਚ ਤਾਂ ਮਿਠਾਸ ਨਹੀਂ ਆ, ਕੜਵਾਹਟ ਨਾਲ ਭਰਿਆ ਪਿਆ, ਰੋਟੀ ਸਾਡੇ ਬੱਚਿਆਂ ਨੂੰ ਮਿਲਦੀ। ਇਹ ਹੁਣੇ ਇੱਕ CM ਸਾਹਿਬ ਦੇ ਕੋਈ ਨੁਮਾਇੰਦੇ ਆਏ ਸੀ, ਉਹ ਕਹਿੰਦੇ ਵੀ ਕਿਰਪਾ ਕਰਕੇ ਤੁਸੀਂ ਰੌਲਾ ਨਾ ਪਾਇਓ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਰੌਲਾ ਪਾਉਣ ਦੀ ਸਾਡੇ ਵਿੱਚ ਜਾਣ ਹੀ ਨਹੀਂ ਹੈਗੀ, ਅਸੀਂ ਭੁੱਖੇ ਭਾਣੇ ਹਾਂ, ਸਾਡੇ ਪਰਿਵਾਰਾਂ ਦਾ ਬੁਰਾ ਹਾਲ ਆ, ਸਾਡੇ ਵਿੱਚ ਇੰਨਾ ਦਮੀ ਰਿਹਾ ਕਿ ਅਸੀਂ ਰੌਲਾ ਪਾਏ ਸੀਗੇ, ਅਸੀਂ ਤਾਂ ਮਰੇ ਪਏ ਹਾਂ। ਇਸ ਟਵੀਟ ਦੀ ਰਾਹੀਂ ਅਸੀਂ ਉਹਨਾਂ ਨੂੰ ਰਿਮਾਇੰਡ ਕਰਵਾਉਣਾ ਚਾਹੁੰਦੇ ਹਾਂ ਕੈਪਟਨ ਸਾਹਿਬ ਨੂੰ, ਚਾਹੇ ਸਾਨੂੰ ਕਹਿਣ ਕਿਰਪਾ ਕਰਕੇ ਕਿ ਮੇਰੇ ਕੋਲ ਗਲਤ ਹੋ ਗਿਆ ਸੀ ਭਾਈ, ਮੇਰਾ ਅਕਾਊਂਟ ਹੈਕ ਹੋ ਗਿਆ ਸੀ ਜਾਂ ਜੋ ਵੀ, ਮੈਂ ਗਲਤ ਕਰ ਬੈਠਾ ਹੈ ਅਤੇ ਅਸੀਂ ਆਪਣਾ ਸਮੇਟੀ ਕੰਮ ਦੇ ਘਰ ਨੂੰ ਕਰੀਏ। ਅਤੇ ਹੁਣ ਅੱਗੇ ਫਿਰ MP ਦੀ ਵੋਟਾਂ ਆਉਣੀਆਂ, ਅਸੀਂ ਪੁੱਛ ਰਹੇ ਹਾਂ ਕਿ ਤੁਸੀਂ ਕੋਈ ਹੁਣ ਕੱਚੇ ਮੁਲਾਜ਼ਮਾਂ ਲਈ ਨਵਾਂ ਟਵੀਟ ਕਰੋਗੇ, ਕੋਈ ਨਵਾਂ ਲਾਰਾ ਸਾਨੂੰ ਲਾਓਗੇ, ਇਹ ਸਾਰੀ ਚੀਜ਼ਾਂ ਪੁੱਛਣ ਲਈ ਆਏ ਹਾਂ ਜੀ ਤੁਹਾਡੇ ਸਾਹਮਣੇ ਪੁੱਛਦੇ ਹਾਂ। ਬਿਲਕੁਲ, ਤੁਸੀਂ ਦੇਖੋ ਕਿ ਜਿਹੜਾ ਅੱਗੇ ਬੈਰੀਕੇਡਿੰਗ ਕੀਤੀ ਹੋਈ ਆ ਇਹਨਾਂ ਨੂੰ ਹੁਣ ਚਾਰ ਤੀ ਜੀ ਇਹ ਚਾਰੇ ਨੇ ਗੱਲ ਕਰਨਾ, ਪਰ ਸ਼ਾਇਦ ਇਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਅੱਗੇ। ਇਹ ਚਾਰੇ ਨੇ ਪੁੱਛਣਾ ਸਵਾਲ ਕਿ ਜਿਹੜਾ ਲਾਰਾ ਲਾਇਆ ਸੀ, ਜਿਹੜੀ ਗੱਲ ਕਹੀ ਸੀ, ਉਹ ਕਦੋਂ ਪੂਰੀ ਹੋਏਗੀ? ਆਪਣਾ ਮਾਈਕ ਆਨ ਕਰ ਲਓ। ਸਰਕਾਰ ਇਹ ਚੀਜ਼ ਸਮਝਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਪ੍ਰੋਟੈਸਟ ਹੋ ਰਹੇ ਨੇ, ਹੁਣ ਇੱਕ ਵਾਰੀ ਫਿਰ ਸਮਾਂ ਲੋਕ ਸਭਾ ਚੋਣਾਂ ਦਾ ਹੈਗਾ ਜਦੋਂ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਕਾਂਗਰਸ ਲਾਉਣਾ ਚਾਹੁੰਦੀ ਆ, ਪਰ ਆਖਿਰਕਾਰ ਕੀ ਉਹ ਬਣ ਪਾਣਗੇ? ਸਭ ਤੋਂ ਵੱਡਾ ਸਵਾਲ ਹੁਣ ਇਹ ਹੈ ਕਿ ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਅਸੀਂ ਬਣਨ ਨਹੀਂ ਦੇਵਾਂਗੇ, ਕਿਉਂਕਿ ਪ੍ਰੋਟੈਸਟ ਕਰਨਾ ਪੰਜਾਬ 'ਚ ਵਿੱਚ ਨਹੀਂ ਹੋਏਗਾ, ਵਿਰੋਧ ਪੰਜਾਬ 'ਚ ਨਹੀਂ ਹੋਏਗਾ, ਇਸ ਤੋਂ ਬਾਹਰ ਜਾ ਕੇ ਵੀ ਸਟੇਟਾਂ ਦੇ ਵਿੱਚ ਅਸੀਂ ਵਿਰੋਧ ਕਰਾਂਗੇ। ਮੁੱਖ ਤੌਰ 'ਤੇ ਇਹੀ ਚੀਜ਼ ਰਹਿਣਾ ਹੈ ਕਿ ਇਸ ਪਾਉਣਾ ਚਾਹੁੰਦੇ ਹੈਗੇ ਹਾਂ ਕਿ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਇਹ ਕੇਕ ਇੱਕ ਤਰ੍ਹਾਂ ਦਾ ਅਸੀਂ ਮਜਬੂਰ ਕੀਤਾ ਹੈ ਕੇਕ ਦੇਣ ਦੇ ਲਈ, ਪਰ ਸਾਡੀਆਂ ਮੰਗਾਂ ਸ਼ਾਇਦ ਕਿਹਾ ਗਿਆ ਸੀ ਕਿ ਦੇ ਨਾਲ ਹੀ ਪੂਰੀਆਂ ਹੋ ਜਾਣਗੀਆਂ, ਪਰ ਉਹ ਕੁਛ ਵੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਜ਼ਰ ਹੁੰਦੀਆਂ ਨਹੀਂ ਆ ਰਹੀਆਂ, ਤਾਂ ਅੱਜ ਇਹ ਕੇਕ ਪ੍ਰੈਜੈਂਟ ਕਰਨ ਲਈ ਪਹੁੰਚੇ ਨੇ। ਪ੍ਰੋਟੈਸਟ ਦਾ ਹਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ 'ਤੇ ਜਿਵੇਂ ਕਰਜ਼ਾ ਮਾਫ਼ੀ ਨੂੰ ਲੈ ਕੇ ਕਾਂਗਰਸ ਕਹਿ ਰਹੀ ਹੈ ਕਿ ਇਹ ਸਾਡੇ ਲਈ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਅੱਗੇ ਲੈਤਾ ਹੈਗਾ।